ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਕੇ ਆਈ ਹੈ ਸੰਗਰੂਰ ਜਿੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦਾ ਨਾਮ ਅਮਰ ਹੋ ਚੁੱਕਿਆ ਅਤੇ ਨੌਜਵਾਨ ਅੱਜ ਯਾਦ ਕਰ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਉਹਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਉੱਥੇ ਹੀ ਮੰਗ ਰੱਖ ਰਹੇ ਨੇ ਕੀ ਮੰਗ ਰੱਖ ਰਹੇ ਨੇ ਸਰਕਾਰ ਅੱਗੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਫਿਲਹਾਲ ਤੁਸੀਂ ਤਸਵੀਰਾਂ ਦੇਖੋ ਇਹ ਤਸਵੀਰਾਂ ਸੰਗਰੂਰ ਤੋਂ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਗਿਆ ਕਿਉਂਕਿ 2.5-3 ਮਹੀਨੇ ਹੋ ਗਏ ਨੇ ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾ ਕੋਈ ਗੱਲ ਆਉਂਦੀ ਹੈ ਇਹ ਵੀ ਗੱਲ ਸੋਸ਼ਲ ਮੀਡੀਆ 'ਤੇ ਆ ਰਹੀ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੱਢੇ ਜਾਣ ਸੋ ਸੰਗਰੂਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੈਂਡਲ ਮਾਰਚ ਕੱਢਿਆ ਜਾ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਨਜੀਤ ਗੋਲਡੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੁਣਾਉਂਦੇ ਹਾਂ ਤੁਹਾਨੂੰ ਕੀ ਮੰਗ ਰਹੇ ਨੇ ਨੌਜਵਾਨ ਵਿਰਨਜੀਤ ਗੋਲਡੀ ਦਾ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਤੁਹਾਨੂੰ ਲੈ ਕੇ ਚੱਲਦੇ ਹਾਂ ਸੁਣਾਉਂਦੇ ਹਾਂ ਆ ਜਾਓ ਅੱਜ ਤਕਰੀਬਨ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹੜਾ ਇਕੱਲਾ ਪੰਜਾਬੀਆਂ ਦੇ ਨਹੀਂ ਪੂਰੀ ਦੁਨੀਆ ਦਾ ਹਰਮਨ ਪਿਆਰਾ ਗਾਇਕ ਜੀ ਨੇ ਸੱਚਾਈ ਗਾਈ ਅੱਜ ਉਸ ਨਫ਼ਰਤ ਦੀ ਉਸ ਰਾਜਨੀਤੀ ਦੀ ਉਸਦੀ ਭੇਟ ਚੜ੍ਹ ਗਿਆ ਅਤੇ ਇੱਕ ਨੌਜਵਾਨ ਜਿਹੜਾ ਮੈਂ ਕਹਿਣਾ ਉਹ ਇਸ ਦੇਸ਼ ਦੇ ਵਿੱਚ ਜਿਹਨੇ ਬਹੁਤ ਕੁਛ ਦੇਣਾ ਸੀ ਸਾਨੂੰ ਨੌਜਵਾਨਾਂ ਨੂੰ ਅਤੇ ਉਹਨੂੰ ਅੱਜ ਇਸ ਜਹਾਨ ਹੋ ਗਿਆ ਅਤੇ ਅੱਜ ਉਹਦੀ ਯਾਦ ਨੂੰ ਤਾਜ਼ਾ ਕਰਦੇ ਅਤੇ ਨਾਲ ਹੀ ਸਰਕਾਰਾਂ ਜਿਹੜੀਆਂ ਨੇ ਇਸ ਟਾਈਮ ਜਿਹੜਾ ਵੀ ਇਸ ਦਾ ਦੋਸ਼ੀ ਆ ਉਹਨੂੰ ਫੜਨ 'ਚ ਹਲੇ ਨਾਕਾਮਯਾਬ ਹੋਈ ਹੈ ਜਿਹੜੇ ਸ਼ੂਟਰਸ ਫੜੇ ਗਏ ਨੇ ਉਹ ਤਾਂ ਕਿਰਾਏ ਦੇ ਟੱਟੂ ਨੇ ਅੱਜ ਜਿਹੜੀ ਫੜਨ ਦੀ ਲੋੜ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਜਾਂ ਜੇਲ੍ਹਾਂ 'ਚ ਬੈਠਿਆਂ ਨੂੰ ਚਲਾਉਣ ਵਾਲੇ ਨੇ ਜਿਹੜੇ ਉਹ ਫੜਨ ਦੀ ਲੋੜ ਹੈ ਅੱਜ ਅਤੇ ਅਸੀਂ ਇਹੀ ਅਪੀਲ ਕਰਨਾ ਅਤੇ ਅੱਜ ਜਿਹੜੀ ਸ਼ਾਂਤੀਪੂਰਵਕ ਸਾਰੇ ਨੌਜਵਾਨ ਸਾਥੀਆਂ ਨੇ ਅੱਜ ਕੈਂਡਲ ਮਾਰਚ ਕੀਤਾ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਕਿ ਵੀਰ ਮੇਰਿਓ ਜ਼ਿੰਦਗੀ 'ਚ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਜਿਹੜਾ ਹੈ ਆਣਾਈ ਮੌਤ ਮਰਨਾ ਪੈਂਦਾ ਮੌਤ ਤਾਂ ਮਰਨਾ ਪੈਂਦਾ ਪਰ ਆਣਾਈ ਮੌਤ ਸਿੱਧੂ ਮੂਸੇਵਾਲੇ ਵਾਂਗੂ ਮਰਨਾ ਪੈਂਦਾ ਜਿਹੜਾ ਇੱਕ ਬੜਾ ਸ਼ਰੀਫ ਬੱਚਾ ਸੀ ਜਿਹਦੇ ਅੰਦਰ ਇੱਕ ਦਰਦ ਸੀ ਪੰਜਾਬੀਆਂ ਲਈ ਪੰਜਾਬ ਲਈ ਜਿਹਨੇ ਹਮੇਸ਼ਾ ਦਸਤਾਰ ਦੀ ਲੋਕਾਂ ਦੀ ਗੱਲ ਕੀਤੀ ਹੈ ਧਰਮ ਦੀ ਗੱਲ ਵੀ ਚੰਗੀ ਕੀਤੀ ਹੈ ਮਾਵਾਂ ਦੀ ਗੱਲ ਵੀ ਕੀਤੀ ਹੈ ਨੌਜਵਾਨਾਂ ਦੀ ਗੱਲ ਵੀ ਕੀਤੀ ਹੈ ਸੋ ਇਸ ਦੁਨੀਆ 'ਚੋਂ ਜਾਣਾ ਵੱਡਾ ਘਾਟਾ ਪਾ ਕੇ ਗਿਆ ਜੋ ਉਹਨੂੰ ਯਾਦ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰੀ ਦਮ ਤੱਕ ਉਹਦੇ ਇਨਸਾਫ ਲਈ ਲੜਦੇ ਰਹੀਏ ਪਾਰਟੀ ਵੱਲੋਂ ਕੀਤਾ ਗਿਆ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਨਹੀਂ ਇਹ ਦੇਖੋ ਅਸੀਂ ਸਾਰੇ ਵੱਖ ਵੱਖ ਪਾਰਟੀਆਂ ਦਾ ਕੋਈ ਕਿਸੇ ਦਾ ਪਾਰਟੀ ਨਹੀਂ ਅਸੀਂ ਉਹਨੂੰ ਪਿਆਰ ਕਰਨ ਵਾਲੇ ਨੌਜਵਾਨ ਸਾਥੀ ਹਾਂ ਅਤੇ ਕੱਲ੍ਹ ਵੀ ਅਸੀਂ ਉਹਨਾਂ ਦੇ ਘਰ ਉਹਨਾਂ ਦੇ ਪਿਤਾ ਜੀ ਨੇ ਜੋ ਹੁਕਮ ਦਿੱਤਾ ਅਸੀਂ ਉੱਥੇ ਵੀ ਜਾ ਕੇ ਇਹ ਗੱਲ ਉਹਨਾਂ ਨੇ ਕਹੀ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਡਾ ਫਰਜ਼ ਬਣਦਾ ਯਾਰ ਜਿਸ ਘਰ ਦਾ ਇੱਕ ਨੌਜਵਾਨ ਬੱਚਾ 24-25 ਸਾਲਾਂ ਦਾ ਹੋਣਹਾਰ ਜਿਹਨੇ ਪੂਰੀ ਦੁਨੀਆ 'ਚ ਪੰਜਾਬੀਆਂ ਨੂੰ ਚਮਕਾਇਆ ਉਹ ਜਹਾਨੋਂ ਚਲਾ ਜਾਵੇ ਇਕੱਲਾ ਇਕੱਲਾ ਪੁੱਤ ਚਲਾ ਜਾਵੇ ਅਤੇ ਉਸ ਤੋਂ ਵੱਡਾ ਦੁੱਖ ਕੋਈ ਨਹੀਂ ਤਾਂ ਮੇਰਾ ਮੰਨਣਾ ਕਿ ਉਸ ਜਗ੍ਹਾ 'ਤੇ ਰਾਜਨੀਤੀ ਦੀ ਕੋਈ ਜਗ੍ਹਾ ਨਹੀਂ ਹੈ ਉਹ ਤਾਂ ਸਿਰਫ ਇਨਸਾਨੀਅਤ ਜਗ੍ਹਾ ਅਤੇ ਉਸ ਇਨਸਾਨੀਅਤ ਨਾਲ ਤਾਂ ਅਸੀਂ ਸਾਰੇ ਇਕੱਠੇ ਹੋ ਗਏ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਰਾਜਾ ਧਾਲੀਵਾਲਾ ਜੀ ਮੈਂ ਸੰਗਰੂਰ ਦਾ ਰਹਿਣ ਵਾਲਾ ਅਤੇ ਮੇਰੇ ਸਾਰੇ ਸਾਥੀ ਨੌਜਵਾਨ ਦੋਸਤ ਸਾਡੇ ਸਾਰੇ ਸ਼ਹਿਰ ਤੋਂ ਸਮੁੱਚੇ ਤੌਰ 'ਤੇ ਅਸੀਂ ਇਕੱਠੇ ਹੋ ਕੇ ਆਏ ਹਾਂ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨੇ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਮਾਨਸਾ ਨਹੀਂ ਪਹੁੰਚ ਸਕਦੇ ਕਿਸੇ ਕਾਰਨਾਂ ਕਰਕੇ ਉਹ ਆਪਣੇ ਆਪਣੇ ਸ਼ਹਿਰ 'ਚ ਇਹ ਪ੍ਰੋਟੈਸਟ ਕਰਨ ਅਤੇ ਰੋਸ ਮਾਰਚ ਕਰਨ ਸਾਡੀ ਸਰਕਾਰ ਤੋਂ ਅਤੇ ਸਾਡੀ ਪੁਲਿਸ ਤੋਂ ਪੁਲਿਸ ਦੇ ਡੀ ਜੀ ਪੀ ਸਾਹਿਬ ਤੋਂ ਇਹੀ ਮੰਗ ਹੈ ਕਿ ਇਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਜਿਸ ਨੌਜਵਾਨ ਨੇ ਹਮੇਸ਼ਾ ਯੂਥ ਦੀ ਅਤੇ ਯੂਥ ਆਈਕਨ ਬਣ ਕੇ ਉੱਭਰਿਆ ਜਿਹਨੇ ਯੂਥ ਦੀ ਗੱਲ ਕੀਤੀ ਆ ਅਤੇ ਉਹਨੇ ਕਦੇ ਕਿਸੇ ਦਾ ਮਾੜਾ ਚੰਗਾ ਨਹੀਂ ਕੀਤਾ ਉਹ ਆਣਾ ਹੀ ਮੌਤ ਮਾਰਿਆ ਗਿਆ ਵਿਚਾਰਾ ਉਹਦਾ ਕੀ ਕਸੂਰ ਸੀਗਾ ਅਸੀਂ ਸਿਰਫ ਚਾਹੁੰਦੇ ਹਾਂ ਕਿ ਉਹਦੇ ਮਾਂ ਬਾਪ ਨੂੰ ਜਿਹੜੇ ਉਹਦੇ ਬੁੱਢੇ ਮਾਂ ਬਾਪ ਹੈ ਉਹਨਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਇਹ ਕੁਛ ਕੁ ਪਰਸੈਂਟ ਉਹਨਾਂ ਨੂੰ ਸਕੂਨ ਮਿਲੇ ਕਿ ਸਾਡੇ ਬੱਚੇ ਨੂੰ ਇਨਸਾਫ ਮਿਲਿਆ ਪਹਾੜੇ ਦੇ ਟੱਟੂ ਫੜ ਕੇ ਸਰਕਾਰ ਨੇ ਅੰਦਰ ਕਰਤੇ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਕੌਣ ਫੜੂਗਾ ਕਿਉਂ ਮਰਵਾਇਆ ਗਿਆ ਉਸਨੂੰ ਉਹਦੇ ਪਿੱਛੇ ਕੀ ਕਾਰਨ ਸੀ ਸਾਰਾ ਯੂਥ ਸਾਰੇ ਬੱਚੇ ਸਾਡੇ ਬਜ਼ੁਰਗ ਸਾਡੀ ਪੰਜਾਬੀਅਤ ਕੀ ਸਾਡਾ ਸਾਰਾ ਦੇਸ਼ ਇਹ ਜਾਣਨਾ ਚਾਹੁੰਦਾ ਕਿ ਉਹ ਕੀ ਕਾਰਨ ਸੀ ਜਿਹੜਾ ਐਡਾ ਵੱਡਾ ਗਾਇਕ ਜਿਹੜਾ ਦੁਨੀਆ 'ਤੇ ਐਡਾ ਪ੍ਰਸਿੱਧ ਸੀ ਦੁਨੀਆ 'ਤੇ ਉਹਦੇ ਕਰੋੜਾਂ ਫੋਲੋਅਰ ਸੀ ਉਹਨੂੰ ਕੀ ਪੰਜਾਬੀ ਕੀ ਗੋਰੇ ਕੀ ਕਾਲੇ ਸਾਰੇ ਲੋਕ ਉਹਨੂੰ ਫੋਲੋ ਕਰਦੇ ਸੀ ਇਹੋ ਜਿਹਾ ਉਹਦੇ ਨਾਲ ਧੱਕਾ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਅਤੇ ਸਾਡੀ ਸਾਰੀ ਯੂਥ ਵੱਲੋਂ ਪਰਜੋਰ ਮੰਗ ਆ ਸਰਕਾਰ ਨੂੰ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ